ਅਸਲਾਮ ਅਲੈਕੁਮ ਸੋਹਣੇ ਵੀਰੋਂ ਤੇ ਮਿੱਤਰੋਂ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਅੱਜ ਤੁਹਾਨੂੰ ਅਸੀਂ ਕਾਫੀ ਦੇਰ ਤੋਂ ਬਾਅਦ ਆਪਣੇ ਡੇਰੇ ਦੇ ਜਾਨਵਰ ਦਿਖਾਉਂਦੇ ਹਾਂ। ਕਾਫੀ ਅਰਸਾ ਹੋ ਗਿਆ ਸੀ ਅਸੀਂ ਆਪਣੇ ਕੋਲ ਡੇਰੇ ਦੀ ਵੀਡੀਓ, ਆਪਣੇ ਜਾਨਵਰਾਂ ਦੀ ਵੀਡੀਓ ਨਹੀਂ ਸੀ ਲਾਈ। ਅੱਜ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਸਾਡੀਆਂ ਗਾਵਾਂ ਨੇ। ਸਾਡੇ ਕੋਲ ਤਕਰੀਬਨ 8 ਵੱਡੀਆਂ ਗਾਵਾਂ ਨੇ, ਬਾਕੀ 2-3 ਵੱਛੀਆਂ ਨੇ ਅਤੇ 2-3 ਵੱਛੇ ਨੇ। ਜਿੰਨੀਆਂ ਗਾਵਾਂ ਨੇ ਮਾਸ਼ਾਅੱਲਾ ਸਾਰੀਆਂ ਗਾਵਾਂ ਇਸ ਟਾਈਮ ਪ੍ਰੈਗਨੈਂਟ ਹੈਗੀਆਂ, ਔਰ ਇਹ ਗਾਵਾਂ ਤਕਰੀਬਨ 1 ਮਹੀਨੇ ਤੋਂ ਬਾਅਦ ਸੂਣਾ ਸ਼ੁਰੂ ਹੋ ਜਾਣਗੀਆਂ, ਬੱਚਾ ਦੇਣਾ ਸ਼ੁਰੂ ਹੋ ਜਾਣਗੀਆਂ। ਔਰ ਤਕਰੀਬਨ 2-2.5 ਮਹੀਨੇ ਦੇ ਵਿੱਚ 8 ਗਾਵਾਂ ਜਿਹੜੀਆਂ ਹੈਗੀਆਂ ਇਹ ਡਿਲੀਵਰ ਹੋ ਜਾਣਗੀਆਂ, ਬੱਚਾ ਦੇ ਦੇਣਗੀਆਂ। ਬਾਕੀ ਤੁਹਾਨੂੰ ਪਤਾ ਹੈਗਾ ਕਿ ਅਸੀਂ ਤਕਰੀਬਨ ਕੋਈ 3 ਸਾਲ ਤੋਂ ਡੇਅਰੀ ਫਾਰਮਿੰਗ ਦੇ ਕੰਮ ਅਸੀਂ ਕਰ ਰਹੇ ਹਾਂ, ਅਤੇ ਅੱਗੇ ਵੀ ਅਸੀਂ ਆਪਣੇ ਡੇਰੇ ਦੀ ਵੀਡੀਓ ਲਾਉਂਦੇ ਰਹਿੰਦੇ ਸੀ, ਅਤੇ ਇਸ ਤੋਂ ਬਾਅਦ ਕਾਫੀ ਦੇਰ ਹੋ ਗਈ ਅਸੀਂ ਆਪਣੇ ਡੇਰੇ ਦੀ ਵੀਡੀਓ ਨਹੀਂ ਸੀ ਲਾਈ। ਅਤੇ ਇਹ ਜੀ ਸਾਡੀਆਂ ਮੱਝਾਂ ਨੇ, ਸਾਡੇ ਕੋਲ ਇਸ ਟਾਈਮ 5 ਵੱਡੀਆਂ ਮੱਝਾਂ ਨੇ, ਬਾਕੀ ਤਕਰੀਬਨ ਕੋਈ 6 ਕੱਟੀਆਂ ਨੇ ਔਰ 4-5 ਕੱਟੇ ਹੈਗੇ। ਉਹ ਵੀ ਮਾਸ਼ਾਅੱਲਾ ਹੁਣ ਕਾਫੀ ਵੱਡੇ ਹੋ ਗਏ ਨੇ, ਬਿਹਤਰ ਹੋ ਗਏ ਨੇ, ਅਤੇ ਇਨਸ਼ਾਅੱਲਾ ਤਲੀਆਂ ਜਿਹੜੀਆਂ ਕੱਟੀਆਂ ਝੋਟੀਆਂ ਹੈਗੀਆਂ ਉਹ ਉਮੀਦ ਹੈਗੀ ਕਿ ਅਗਲੇ ਸੀਜ਼ਨ ਦੇ ਵਿੱਚ ਇਨਸ਼ਾਅੱਲਾ ਬਰੀਡ ਹੋ ਜਾਣਗੀਆਂ ਔਰ ਇਨਸ਼ਾਅੱਲਾ ਨਵੇਂ ਦੁੱਧ ਹੋ ਜਾਣਗੀਆਂ। ਬਾਕੀ ਸਾਡੇ ਕੋਲ 5 ਵੱਡੀਆਂ ਮੱਝਾਂ ਨੇ ਜਿਹੜੀਆਂ ਇਸ ਟਾਈਮ ਤਕਰੀਬਨ ਦੁੱਧ 'ਤੇ ਹੈਗੀਆਂ, ਔਰ ਬੜਾ ਬਿਹਤਰੀਨ ਸਿਸਟਮ ਅੱਲਾਹ ਦਾ ਕਰਮ ਨਾਲ ਚੱਲ ਰਿਹਾ ਹੈਗਾ। ਬਿਹਤਰੀਨ ਸਿਸਟਮ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਸ ਨਿਜ਼ਾਮ ਦੇ ਉੱਤੇ, ਆਪਣੇ ਕੰਮ ਦੇ ਉੱਤੇ ਬੜੇ ਖੁਸ਼ ਹਾਂ। ਅਤੇ ਡੇਅਰੀ ਫਾਰਮਿੰਗ ਦਾ ਕੰਮ ਇੱਕ ਐਸਾ ਕੰਮ ਹੈਗਾ ਜਿਹਦੇ ਵਿੱਚ ਬਰਕਤ ਵੀ ਹੈ, ਔਰ ਦੂਜੀ ਗੱਲ ਹੈਗੀ ਕਿ ਇਹ ਕੰਮ ਇੱਕ ਐਸਾ ਕੰਮ ਹੈਗਾ ਜਿਹੜਾ ਸਦਾਬਹਾਰ ਕੰਮ ਹੈਗਾ। ਇਸ ਕੰਮ ਦੇ ਵਿੱਚ ਉਸ ਤਰੀਕੇ ਨਾਲ ਅਸੀਂ ਜਿੱਦਤ ਜਾਂ ਉਸ ਤਰੀਕੇ ਨਾਲ ਅਸੀਂ ਬਿਹਤਰੀ ਨਹੀਂ ਲੈ ਕੇ ਆ ਪਾ ਰਿਹਾ, ਲੇਕਿਨ ਇਸ ਟਾਈਮ ਜ਼ਰੂਰਤ ਹੈਗੀ ਕਿ ਸਾਡੇ ਇਸ ਸ਼ੋਬੇ ਦੇ ਵਿੱਚ ਸਾਡਾ ਜਿਹੜਾ ਕਿਸਾਨ ਭਾਈ ਹੈਗਾ ਉਹ ਬਿਹਤਰ ਤਰੀਕੇ ਨਾਲ ਡੇਅਰੀ ਫਾਰਮਿੰਗ ਨੂੰ ਲੈ ਕੇ ਚੱਲੇ, ਔਰ ਹਕੂਮਤੀ ਲੈਵਲ 'ਤੇ ਇਸ ਕੰਮ ਦੇ ਵਿੱਚ ਤੁਸੀਂ ਕਹਿ ਲਓ ਕਿ ਜਿਹੜਾ ਤਾਉਣ ਜਾਂ ਕੋਆਪਰੇਸ਼ਨ ਹੈਗੀ ਉਹ ਨਾ ਹੋਣ ਦੇ ਬਰਾਬਰ ਹੈਗੀ। ਹਕੂਮਤੀ ਸਤਾ 'ਤੇ ਇਸ ਕੰਮ ਦੇ ਵਿੱਚ ਡਿਵੈਲਪਮੈਂਟ ਵਾਸਤੇ ਹਕੂਮਤ ਨੂੰ ਬਿਹਤਰ ਇਕਦਾਮਾਤ ਕਰਨੇ ਚਾਹੀਦੇ ਨੇ ਜਿਹਦੀ ਵਜ੍ਹਾ ਤੋਂ ਇਸ ਕੰਮ ਦੇ ਵਿੱਚ ਜਿੱਦਤ ਆ ਜਾਵੇ। ਹੁਣ ਜਿੰਨੇ ਤਰੱਕੀ ਯਾਫਤਾ ਮਮਾਲਿਕ ਹੈਗੇ, ਜਿਵੇਂ ਨਿਊਜ਼ੀਲੈਂਡ ਦੀ ਮਿਸਾਲ ਲੈ ਸਕਦੇ ਹੋ ਜਾਂ ਬਾਕੀ ਹੋਰ ਨਦਰਲੈਂਡ ਹੈਗਾ ਜਾਂ ਹੋਰ ਮਮਾਲਿਕ ਹੈਗੇ, ਉਹ ਮੁਲਕਾਂ ਦੇ ਵਿੱਚ ਇਸ ਟਾਈਮ ਤੁਸੀਂ ਕਹਿ ਲਓ ਕਿ ਡਿਵੈਲਪਮੈਂਟ ਆਪਣੀ ਇਤਿਹਾਦ ਹੈਗੀ, ਉਹ ਲੋਕ ਇਹਨੀ ਕਹਿੰਦਾ ਕਾਫੀ ਬਿਹਤਰ ਹੋ ਚੁੱਕੇ ਨੇ, ਲੇਕਿਨ ਉਹਨਾਂ ਨੇ ਡੇਅਰੀ ਸੈਕਟਰ ਦੇ ਵਿੱਚ ਬਹੁਤ ਕੰਮ ਕੀਤਾ ਹੈਗਾ, ਔਰ ਡੇਅਰੀ ਸੈਕਟਰ ਦੇ ਵਿੱਚ ਉਹਨਾਂ ਨੇ ਬਹੁਤ ਐਫਰਟ ਕੀਤੀ ਹੈਗੀ, ਔਰ ਡੇਅਰੀ ਸੈਕਟਰ ਦੇ ਐਫਰਟ ਕਰਕੇ ਇਸ ਕੰਮ ਨੂੰ ਡਿਵੈਲਪ ਕਰਕੇ ਉਹਨਾਂ ਨੇ ਤਰੱਕੀ ਦੇ, ਤੁਸੀਂ ਕਹਿ ਲਓ ਕਿ ਮਨਾਜ਼ਰ ਨੂੰ ਤੈਅ ਕੀਤਾ ਹੈਗਾ, ਤਰੱਕੀ ਦੀ ਮੰਜ਼ਿਲ ਨੂੰ ਤੈਅ ਕੀਤਾ ਹੈਗਾ। ਲੇਕਿਨ ਸਾਡੇ ਇੱਕ ਤਬਕਾ ਐਸਾ ਸਾਡੇ ਮਾਸ਼ਰੇ 'ਚ ਪਾਇਆ ਜਾਂਦਾ ਹੈਗਾ ਜਿਹਦਾ ਖਿਆਲ ਹੈਗਾ ਕਿ ਇਹ ਕੰਮ ਜਿਹੜਾ ਹੈਗਾ ਨਾ, ਇਹ ਕੰਮ ਥੋੜ੍ਹਾ ਬੈਕਵਰਡ ਕੰਮ ਹੈਗਾ, ਜਾਂ ਇਸ ਕੰਮ ਦੇ ਨਾਲ ਜਿਹੜੇ ਮੁਨਸਲਿਕ ਲੋਕ ਹੈਗੇ ਉਹ ਜਾਣੀ ਕਿ ਤੁਸੀਂ ਕਹਿ ਲਓ ਕਿ ਕੰਮ ਤਾਲੀਮ ਯਾਫਤਾ ਜਾਂ ਪੜ੍ਹੇ ਲਿਖੇ ਨਹੀਂ ਹੁੰਦੇ, ਜਾਂ ਇਸ ਕੰਮ ਦੇ ਵਿੱਚ ਕੋਈ ਪੇਂਡੂ ਕੰਮ ਹੈਗਾ, ਜਾਂ ਇਸ ਕੰਮ ਦੇ ਵਿੱਚ ਅੱਗੇ ਵਧਣ ਦੇ ਇੰਨੇ ਚਾਂਸਿਸ ਨਹੀਂ ਹੈਗੇ। ਹਾਲਾਂਕਿ ਸਰਾਸਰ ਗਲਤ ਹੈਗਾ, ਇਸ ਕੰਮ ਨੂੰ ਅਗਰ ਬਿਹਤਰ ਤਰੀਕੇ ਨਾਲ ਕੀਤਾ ਜਾਏ ਤਾਂ ਇਸ ਕੰਮ ਦੇ ਵਿੱਚ ਜਿੱਦਤ ਵੀ ਲੈ ਕੇ ਆਈ ਜਾ ਸਕਦੀ ਹੈਗੀ, ਔਰ ਇਸ ਕੰਮ ਦੇ ਵਿੱਚ ਗਰੋਥ ਦਾ ਵੀ ਕਹਿ ਲਓ ਕਿ ਅੱਛਾ ਸਕੋਪ ਹੈਗਾ। ਮੈਨੂੰ ਤਕਰੀਬਨ ਤੁਸੀਂ ਕਹਿ ਲਓ ਕਿ ਪਹਿਲੇ ਤਾਂ ਅਸੀਂ ਥੋੜ੍ਹਾ ਬਹੁਤ ਕੰਮ ਆਪਣੇ ਅਸੀਂ ਕਰਦੇ ਹੀ ਹੈਗੇ ਸੀ, ਹੁਣ ਅਸੀਂ ਤਕਰੀਬਨ 7-3 ਸਾਲ ਤੋਂ ਨਹੀਂ ਕਿ ਇਸ ਕੰਮ ਨੂੰ ਪ੍ਰੋਪਰ, ਔਰ ਅਸੀਂ ਤਾਂ ਇਸ ਕੰਮ ਤੋਂ ਖੁਸ਼ ਹਾਂ, ਇਸ ਕੰਮ ਤੋਂ ਅਸੀਂ ਮੁਤਮਿਨ ਹੈਗੇ, ਔਰ ਅੱਲਾਹ ਦਾ ਕਰਮ ਹੈਗਾ ਕਿ ਬਿਹਤਰ ਸਿਸਟਮ ਚੱਲ ਰਿਹਾ ਹੈਗਾ। ਹਾਲਾਂਕਿ ਥੋੜ੍ਹਾ ਜਿਹਾ ਸਮਾਂ ਪ੍ਰੋਬਲਮ ਹੁੰਦੀ ਹੈਗੀ ਕਿ ਅਸੀਂ ਫਿਜ਼ੀਕਲ ਖੁਦ ਆਪ ਅਸੀਂ ਇਸ ਤਰ੍ਹਾਂ ਮੌਜੂਦ ਨਹੀਂ ਹੁੰਦੇ, ਕਿਉਂਕਿ ਸਾਡੀ ਤੁਸੀਂ ਕਹਿ ਲਓ ਕਿ ਰਿਹਾਇਸ਼ ਲਾਹੌਰ ਸ਼ਹਿਰ 'ਚ ਹੈਗੀ, ਉਹਦੇ ਕੰਮ ਤੁਹਾਨੂੰ ਡੇਰਾ ਸਰਗੋਧਾ ਦੇ ਵਿੱਚ ਹੈ, ਸਾਡਾ ਸਰਗੋਧਾ ਸਾਡਾ ਅਬਾਈ ਪਿੰਡ ਹੈਗਾ ਜੀ, ਔਰ ਅਸੀਂ ਆਪਣੇ ਅਬਾਈ ਪਿੰਡ ਦੇ ਵਿੱਚ ਅਸੀਂ ਆਪਣੇ ਅਬਾਈ ਕੰਮ ਕੀਤਾ ਹੈਗਾ। ਬਾਕੀ ਇਹ ਹੈ ਕਿ ਅਸੀਂ ਫਿਰ ਵਾਰੀ ਸਿਰ ਦੋ, ਬਾਕੀ ਅਸੀਂ ਦੋ ਭਾਈ ਹਾਂ, ਅਸੀਂ ਵਾਰੀ ਸਿਰ ਇਸ ਕੰਮ ਦੇ ਉੱਤੇ ਤੁਸੀਂ ਕਹਿ ਲਓ ਕਿ ਚੱਕਰ ਲਾਉਂਦੇ ਰਹਿੰਦੇ ਹਾਂ, ਅਤੇ ਅੱਲਾਹ ਦਾ ਕਰਮ ਹੈਗਾ ਕਿ ਅਸੀਂ ਇਸ ਕੰਮ ਦੇ ਵਿੱਚ ਅਸੀਂ ਇਸ ਚੀਜ਼ ਦੇ ਉੱਤੇ ਮੁਤਮਿਨ ਹਾਂ। ਅਤੇ ਬਾਕੀ ਅਸੀਂ ਮੱਝਾਂ ਗਾਵਾਂ ਦਾ ਕੰਮ ਮਿਕਸ ਕੀਤਾ ਹੈਗਾ ਸਾਡੇ ਕੋਲ, ਤੁਸੀਂ ਕਹਿ ਲਓ ਕਿ ਮੱਝਾਂ ਜਿਹੜੀ ਹੈਗੀਆਂ ਉਹ ਤੁਹਾਡੇ ਸਾਹਮਣੇ ਨੇ ਵਾਲੀਆਂ, 2-3 ਮੱਝਾਂ ਮਾਸ਼ਾਅੱਲਾ ਬਹੁਤ ਬਿਹਤਰ ਨੇ ਹੈਗੀਆਂ, ਬਹੁਤ ਉਹਨਾਂ ਨੇ ਅੱਛਾ ਨਹੀਂ ਕਿ ਤੁਸੀਂ ਕਹਿ ਲਓ ਦੁੱਧ ਵੀ ਕੀਤਾ ਸੀ, ਔਰ ਅੱਛੇ ਨਹੀਂ ਕਿ ਤੁਸੀਂ ਕਹਿ ਲਓ ਕਿ ਬੋਡੀ ਸਕੋਰ ਦੀਆਂ ਨਹੀਂ ਕਿ ਮੱਝਾਂ ਨੇ ਸਾਡੇ ਕੋਲ 2-3। ਅਤੇ ਬਾਕੀ ਕੀ ਕਹਿੰਦੇ ਨੇ ਜਿਹੜੀਆਂ ਸਾਡੇ ਕੋਲ ਗਾਵਾਂ ਹੈਗੀਆਂ, ਗਾਵਾਂ ਸਾਡੇ ਕੋਲ ਤਾਂ ਮਿਕਸ ਬਰੀਡ ਹੈਗੀਆਂ, ਨਹੀਂ ਕਿ ਤੁਸੀਂ ਕਹਿ ਲਓ ਕ੍ਰਾਸ ਬਰੀਡ ਗਾਵਾਂ ਨੇ, ਅਤੇ ਠੀਕ ਦੁੱਧ ਇਹਨਾਂ ਦਾ ਵੀ ਤੁਸੀਂ ਕਹਿ ਲਓ ਕਿ ਤਕਰੀਬਨ ਗਾਂ ਸਾਡੀ ਹੈਗੀ ਜਿਹੜੀ ਤਕਰੀਬਨ 9-10 ਕਿਲੋ ਟਾਈਮ ਦਾ ਦੁੱਧ ਕਰਦੀ ਰਹੀ ਹੈਗੀ, ਬਾਕੀ 5-7 ਕਿਲੋ ਵਾਲੀਆਂ ਗਾਵਾਂ ਹੈਗੀਆਂ, ਤਾਂ ਠੀਕ ਹੈਗਾ ਸਿਸਟਮ। ਨਹੀਂ ਕਹਿੰਦਾ ਅੱਗੇ ਚਲਾ ਦੀ ਕੋਸ਼ਿਸ਼ ਕਰਾਂਗਾ ਕਿ ਜਾਨਵਰਾਂ ਦੇ ਵਿੱਚ ਮਜ਼ੀਦ ਥੋੜ੍ਹੀ ਬਰੀਡਿੰਗ ਦੇ ਵਿੱਚ ਬਿਹਤਰੀ ਲੈ ਕੇ ਆਈਏ, ਔਰ ਜਾਨਵਰਾਂ ਦੀ ਨਸਲਕਸ਼ੀ ਦੇ ਉੱਤੇ ਕੰਮ ਕਰੀਏ, ਔਰ ਜਾਨਵਰਾਂ ਦੇ ਵਿੱਚ ਥੋੜ੍ਹੀ ਮਜ਼ੀਦ ਨਹੀਂ ਕਹਿੰਦਾ ਇਹਨੂੰ ਇੰਪਰੂਵਮੈਂਟ ਲੈ ਕੇ ਆਈਏ ਇਹਦੇ ਉੱਤੇ। ਅਤੇ ਇਹਦੇ 'ਚ ਹੈਗਾ ਕਿ ਤੁਸੀਂ ਅਗਰ ਜਾਨਵਰਾਂ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਉਣੀ ਹੈਗੀ, ਤੁਹਾਨੂੰ ਬਹੁਤ ਜ਼ਿਆਦਾ ਮਹਿੰਗੇ ਜਾਨਵਰ ਬਹੁਤ ਜ਼ਿਆਦਾ ਤੁਹਾਨੂੰ ਨਾ ਤੁਸੀਂ ਕਹਿ ਲਓ ਕਿ ਨਾਮੀ ਗਰਾਮੀ ਜਿਹੜੇ ਬਰੀਡਰ ਹੈਗੇ ਉਹਨਾਂ ਦੇ ਪਿੱਛੇ ਜਾ ਕੇ ਨਹੀਂ ਭੱਜਣਾ ਚਾਹੀਦਾ, ਉਹਨਾਂ ਕੋਲ ਬਲੈਕਮੇਲ ਹੋ ਗਏ ਔਰ ਬਹੁਤ ਮਹਿੰਗੇ ਜਾਨਵਰ ਨਹੀਂ ਖਰੀਦਣੇ ਚਾਹੀਦੇ। ਤੁਸੀਂ ਆਪਣੇ ਇਹਨਾਂ ਜਾਨਵਰਾਂ ਦੇ ਉੱਤੇ ਵੀ ਕੰਮ ਕਰਕੇ ਇਹਨਾਂ ਨੂੰ ਬਿਹਤਰ ਕੀਤਾ ਜਾ ਸਕਦਾ ਹੈਗਾ, ਔਰ ਬਿਹਤਰ ਇਹਨਾਂ ਦੇ ਵਿੱਚ ਤੁਸੀਂ ਕਹਿ ਲਓ ਕਿ ਅੱਗੇ ਆਉਣ ਵਾਲੀ ਨਸਲਾਂ ਨੂੰ ਬਿਹਤਰ ਡਿਵੈਲਪਮੈਂਟ ਦੇ ਵਿੱਚ ਲੈ ਕੇ ਆਈ ਜਾ ਸਕਦੀ ਹੈਗੀ। ਅੱਜ ਕੱਲ੍ਹ ਤਾਂ ਅੱਛੇ ਤੁਸੀਂ ਕਹਿ ਲਓ ਕਿ ਸਿਮਨ
ਅਤੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਜਾਨਵਰਾਂ ਦੀ ਗਰੋਥ ਦੇ ਉੱਤੇ ਇਹਨਾਂ ਜਾਨਵਰਾਂ ਦੀ ਤੁਸੀਂ ਅਗਰ ਤੁਸੀਂ ਇਹਨਾਂ ਜਾਨਵਰਾਂ ਦੀ ਜ਼ਰੂਰੀਅਤ ਨੂੰ ਪੂਰਾ ਕਰੋ, ਇਹਨਾਂ ਨੂੰ ਗਰਮੀ ਸਰਦੀ ਮੌਸਮੀ ਹਾਲਾਤ ਤੋਂ ਬਚਾ ਕੇ ਰੱਖੋ, ਇਹਨਾਂ ਦੀ ਜੇ ਖੁਰਾਈ ਦੀ ਜ਼ਰੂਰਤ ਹੈਗੀ ਉਹਨੂੰ ਪੂਰਾ ਕਰੋ, ਤੁਸੀਂ ਇਹਨਾਂ ਦਾ ਖਿਆਲ ਰੱਖੋ ਅਤੇ ਇਹ ਜਾਨਵਰ ਤੁਹਾਨੂੰ ਕਦੀ ਵੀ ਮਾਯੂਸ ਨਹੀਂ ਕਰਦੇ। ਤੁਸੀਂ ਕਹਿ ਲਓ ਕਿ ਇਹਦੇ ਵਿੱਚ ਪ੍ਰੋਫਿਟ ਵੀ ਤੁਹਾਨੂੰ ਆਏਗਾ ਔਰ ਤੁਹਾਡਾ ਇਹ ਨਹੀਂ ਕਿ ਨਾ, ਵੈਸੇ ਵੀ ਹੈ ਕਿ ਅੱਲਾਹ ਪਾਕ ਦੀ ਜ਼ਾਤ ਨੇ ਚੌਪਾਇਆਂ ਦੇ ਵਿੱਚ ਇੱਜ਼ਤ ਰੱਖੀ ਹੈਗੀ ਹੈ। ਜਾਨਵਰਾਂ ਦਾ ਕੰਮ, ਡੇਅਰੀ ਫਾਰਮਿੰਗ ਦਾ ਕੰਮ, ਵਾਈ ਬੀਜੀ ਦਾ ਕੰਮ ਇੱਕ ਐਸਾ ਕੰਮ ਹੈਗਾ ਜਿਹਦੇ ਵਿੱਚ ਇੱਜ਼ਤ ਹੈਗੀ, ਰਿਸਪੈਕਟ ਹੈਗੀ, ਅਤੇ ਇਸ ਕੰਮ ਨੂੰ ਤੁਹਾਨੂੰ ਬੜਾ ਖੁਸ਼ ਦਿਲੀ ਨਾਲ ਕਰਨਾ ਚਾਹੀਦਾ ਹੈਗਾ ਔਰ ਇਸ ਕੰਮ ਦੇ ਵਿੱਚ ਸਾਨੂੰ ਡਿਵੈਲਪਮੈਂਟ ਲੈ ਕੇ ਆਉਣੀ ਚਾਹੀਦੀ ਹੈਗੀ, ਜਿੱਦਤ ਲੈ ਕੇ ਆਉਣੀ ਚਾਹੀਦੀ ਹੈਗੀ ਔਰ ਸਾਨੂੰ ਇਸ ਕੰਮ ਨੂੰ ਤੁਸੀਂ ਕਹਿ ਲਓ ਕਿ ਰਿਸਪੈਕਟ ਔਰ ਇੱਜ਼ਤ ਦੇਣੀ ਚਾਹੀਦੀ ਹੈਗੀ, ਕਿਉਂਕਿ ਇਹ ਕੰਮ ਇੱਕ ਐਸਾ ਕੰਮ ਹੈਗਾ ਜਿਹਦੇ ਨਾਲ ਤੁਸੀਂ ਕਹਿ ਲਓ ਕਿ ਸਾਡੀ ਖੁਰਾਈ ਜ਼ਰੂਰਤ ਪੂਰੀ ਹੁੰਦੀ ਹੈਗੀ ਔਰ ਇਸ ਕੰਮ ਦੇ ਵਿੱਚ ਸਕੋਪ ਵੀ ਬਹੁਤ ਹੈਗਾ, ਇਸ ਕੰਮ ਦੇ ਵਿੱਚ ਬਿਹਤਰੀ ਦੇ ਬਹੁਤ ਚਾਂਸਿਸ ਹੈਗੇ। ਜ਼ਰੂਰਤ ਸਿਰਫ ਇਸ ਗੱਲ ਦੀ ਹੈਗੀ ਕਿ ਅਸੀਂ ਆਪਣੇ ਆਪ ਨੂੰ ਡਿਵੈਲਪ ਕਿਸ ਤਰ੍ਹਾਂ ਕਰਨਾ ਹੈਗਾ। ਬਾਕੀ ਹੱਸਦੇ ਰਹੋ, ਵੱਸਦੇ ਰਹੋ, ਆਬਾਦ ਰਹੋ, ਖੁਸ਼ ਰਹੋ। ਅੱਲਾਹ